ਚੱਗਾ ਮਾਤਾ ਸ਼੍ਰੀ, 9:30 ਵੱਜ ਗਏ ਤੇ ਬੱਸ ਚੜ੍ਹਦਾ। ਜਾਓ, ਬੱਸ 'ਚ ਤਾਂ 5 ਮਿੰਟ ਹੀ ਰਹਿ ਗਏ ਤੇ ਹੋਰ ਬਾਈ ਵੀ ਸਤਿ ਸ਼੍ਰੀ ਅਕਾਲ ਬੁਲਾਵਾ ਬੁਲਾ ਦਿਓ। ਸਤਿ ਸ਼੍ਰੀ ਅਕਾਲ ਬੇਟਾ, ਤੁਹਾਨੂੰ ਸਾਰਿਆਂ ਨੂੰ ਜੁੜੇ ਰਹੋ ਚੈਨਲ ਨਾਲ, ਲਾਇਕ ਸ਼ੇਅਰ ਕਮੈਂਟ ਤੇ ਫੇਸਬੁੱਕ 'ਤੇ ਦੇਖ ਰਹੇ ਹੋ ਤੇ ਫੋਲੋ ਵੀ ਜ਼ਰੂਰ ਕਰਨਾ ਤੇ ਧੁਰ ਤੋਂ ਲੈ ਕੇ ਧੁਰ ਤੱਕ ਬਲੌਗ ਜ਼ਰੂਰ ਦੇਖਣਾ ਮੇਰੇ ਪੁੱਤ, ਬੇਟੀਆਂ, ਬੇਟੇ ਸਾਰਿਆਂ ਨੂੰ ਧੰਨਵਾਦ, ਬਾਏ। ਤੁਹਾਨੂੰ ਠੀਕ ਹੈ, ਮੈਂ ਹੋ ਸਕਦਾ ਮੈਨੂੰ ਸ਼ਾਮ ਹੋ ਜੇ ਤੇ ਪਹਿਲਾਂ ਵੀ ਆ ਸਕਦਾ, ਹਿੰਮਤ ਨਾਲ ਹੀ ਆਈ। ਠੀਕ ਹੈ ਬਾਈ, ਠੀਕ ਹੈ ਮਾਤਾ ਸ਼੍ਰੀ। ਅਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ। ਅੱਜ 16 ਜੇਠ, 5ਵੇਂ ਮਹੀਨੇ ਦੀ 29 ਤਰੀਕ, ਬਰਾ 2024 ਦਿਨ ਹੈਗਾ, ਬੁੱਧਵਾਰ ਦਾ ਸਮਾਂ। 9:30 ਹੋ ਚੁੱਕੇ ਨੇ ਪੂਰੇ, 9:35 'ਤੇ ਬੱਸ ਆਉਂਦੀ ਹੈ ਸਰਦੂਲਗੜ੍ਹ ਤੋਂ ਬਠਿੰਡੇ ਨੂੰ, ਪਿੰਡ ਸੂਰਤਿਆ, ਜ਼ਿਲ੍ਹਾ ਸਰਸਾ, ਅਤੇ ਜਾਂਦੇ ਹਾਂ ਸ਼ਹਿਰ ਬਠਿੰਡੇ ਹੀ ਕਰਨ ਜਾਣਾ। ਇੱਕ ਦੋ ਤਾਂ ਕੰਮ ਜੇ ਨੇਗੇ ਅਤੇ ਇੱਕ ਵੱਡਾ ਮੇਨ ਕੰਮ ਇਹ ਹੈਗਾ, ਇੱਥੇ ਹੋਸਪਿਟਲ 'ਚੋਂ ਮੈਡੀਕਲ ਸਰਟੀਫਿਕੇਟ ਬਣਵਾ ਕੇ ਲਿਆਉਣਾ, ਉਹ ਕਾਹਦੇ ਵਾਸਤੇ ਬਣਵਾਉਣਾ, ਪਹਾੜ ਚੜ੍ਹਨ ਜਾਣਾ ਆਪਾਂ, ਥੋੜ੍ਹਾ ਵੱਡਾ ਟਰੈਕ ਕਰਨ ਜਾ ਰਹੇ ਹਾਂ ਇਸ ਵਾਰ। ਕਈ ਵੀਰ ਪੁੱਛਦੇ ਦੱਸ ਦਿਓ ਕਦੋਂ ਜਾਣਾ ਬਾਈ, 1 ਜੂਨ ਨੂੰ ਜਾਣਾ ਗਾ ਅਤੇ ਬਾਕੀ ਸਰਪ੍ਰਾਈਜ਼ ਤੁਹਾਨੂੰ ਜਲਦੀ ਮਿਲੂਗਾ 1 ਤਰੀਕ ਤੱਕ। ਅਤੇ ਕੀ ਹਾਲ ਆ ਮਾਸਟਰ ਜੀ? ਹਾਂ, ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ, ਐਂਡ ਤੱਕ ਲਾ ਜ਼ਰੂਰ ਦੇਖਿਓ। ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ, ਗਾਲ ਗੱਪੇ ਤੋਂ ਰਹਿਤ, ਸਾਰੀ ਗੱਲਬਾਤ ਕਰਦੇ ਰਹਿੰਦੇ ਹਾਂ ਸਾਂਝੀ ਤੁਹਾਡੇ ਨਾਲ, ਜਿਹੜੀ ਤੁਸੀਂ ਘਰ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਹੋ, ਸੁਣ ਸਕਦੇ ਹੋ। ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ, ਅਤੇ ਬਾਕੀ ਮਾਤਾ ਨੇ ਗੱਲ ਪੂਰੀ ਕਰ ਹੀ ਦਿੱਤੀ ਸੀ, ਫੋਲੋ ਕਰ ਲਿਓ ਫੇਸਬੁੱਕ 'ਤੇ। ਅਤੇ ਮੈਡੀਕਲ ਸਰਟੀਫਿਕੇਟ ਮੈਂ ਇੱਥੋਂ ਵੀ ਬਣਵਾ ਸਕਦਾ, ਸਰਦੂਲਗੜ੍ਹ ਵੀ, ਸਰਦੂਲਗੜ੍ਹ ਫਿਰ ਮੈਂ ਇੱਧਰ ਵੀ ਜਾਵਾਂਗੇ ਅਤੇ ਨਾਲ 1-2 ਕੰਮ ਆਪਦੇ ਬਠਿੰਡੇ ਹੋਰ ਕਰ ਆਊਂਗਾ, ਤਾਂ ਬਠਿੰਡੇ ਵੱਲੇ ਹੋ ਗਿਆ। ਅਤੇ ਜਾਂ ਮੈਨੂੰ ਜਾਣਾ ਪੈਣਾ ਸੀਗਾ ਸਰਸੇ, ਕੋਈ ਸਰਕਾਰੀ ਡਾਕਟਰ ਹੋਵੇ ਜਾਂ ਫਿਰ MD ਡਾਕਟਰ ਵਗੈਰਾ ਹੋਵੇ, ਉਹ ਬਣਵਾ ਸਕਦੇ ਹੁੰਦੇ ਆਪਣਾ ਮੈਡੀਕਲ ਸਰਟੀਫਿਕੇਟ। ਅਤੇ ਸਰਸੇ ਮੇਰੀ ਰੂਝ ਹੀ ਨਹੀਂ ਕਰਦੀ ਹੁੰਦੀ ਜਾਣ ਨੂੰ, ਇੱਧਰ ਨੂੰ ਅਤੇ ਬਠਿੰਡੇ ਜਾ ਕੇ ਸੋਹਣਾ ਜੀ ਲੱਗਦਾ, ਅਤੇ ਨਾਲੇ ਆਪਦੇ 1-2 ਕੰਮ ਨਿਪਟਾਵਾਂਗੇ ਅਤੇ ਨਾਲੇ ਮੈਡੀਕਲ ਸਰਟੀਫਿਕੇਟ ਬਣਾਵਾਂਗੇ, ਚੱਲਦੇ ਹਾਂ। ਅਤੇ ਮਿੱਤਰ ਲਵਜਿੰਦਰ ਕੋਲ, ਦਵੜੀਖਾਨੇ ਵਾਲੇ ਕੋਲ, ਠੀਕ ਹੈ ਜੀ ਸਾਹਿਬ ਜੀ, ਅਤੇ ਉਹ ਉੱਥੇ ਹੀ ਹੁੰਦਾ ਗਾ ਹੋਸਪਿਟਲ 'ਚ ਹੀ, ਉਹ ਕਹਿੰਦਾ ਇੱਧਰ ਨੂੰ ਆ ਜੀ, ਨਹੀਂ ਫਿਰ ਇੱਥੇ ਬਣਵਾ ਦਿੰਦੇ ਹਾਂਗੇ, ਅਤੇ ਬਾਕੀ ਅਪਡੇਟ ਤੁਹਾਨੂੰ ਜਲਦੀ ਦਿੰਦੇ ਹਾਂ। ਅਤੇ ਫਿਲਹਾਲ ਹਾਂ, ਬੱਸ ਚੜ੍ਹਦੇ ਹਾਂ ਬਠਿੰਡੇ ਵਾਸਤੇ। ਜਦੋਂ ਤੱਕ ਬੱਸ ਆਉਂਦੀ ਆ, ਉਹਨੇ ਇੱਕ ਨਜ਼ਾਰਾ ਇੱਧਰ ਛੱਪੜ ਦਾ, ਪਿੱਪਲ ਦੀ ਛਾਵੇਂ ਖੜ੍ਹ ਕੇ ਵੇਖ ਲੈਂਦੇ ਹਾਂ। ਅਤੇ ਨਾਲੇ ਮੈਡੀਕਲ ਸਰਟੀਫਿਕੇਟ ਇਹ ਆਪਾਂ ਨੂੰ ਲਾਜ਼ਮੀ ਹੁੰਦਾ ਜਦੋਂ ਵੱਡੇ ਟਰੈਕ 'ਤੇ ਜਾਂਦੇ ਹਾਂ, ਉੱਥੇ ਆਪਾਂ ਪਰਮਿਟ ਲੈਣ ਵੇਲੇ ਆਪਾਂ ਨੂੰ ਮੈਡੀਕਲ ਸਰਟੀਫਿਕੇਟ ਆਪਣਾ ਮੰਗਦੇ ਆ। ਅਤੇ ਵੈਸੇ ਅਸੀਂ ਕਿਸੇ ਕੰਪਨੀ ਥਰੂ ਜਾ ਰਹੇ ਹਾਂ, ਅਤੇ ਕੰਪਨੀ ਵਾਲਿਆਂ ਨੇ ਐਡਵਾਂਸ 'ਚ ਹੀ ਮੰਗਿਆ ਪਹਿਲੀਆਂ ਜੀ, ਉਹ ਕਹਿੰਦੇ ਆਪਦਾ ਮੇਲ ਕਰ ਦਿਓ ਸਾਨੂੰ ਭਾਈ ਇਹ ਮੈਡੀਕਲ ਸਰਟੀਫਿਕੇਟ ਬਣਵਾ ਕੇ। ਅਤੇ ਇਹਦੇ 'ਚ ਇਹ ਹੁੰਦਾ ਕਿ ਬੰਦੇ ਦੀ ਹੈਲਥ ਦਾ ਪਤਾ ਲੱਗ ਜੂ, ਧੜਕਣ ਧੁੜਕਣ ਕੋਈ ਹੋਰ ਚੱਕਰ, ਬਲੱਡ ਪ੍ਰੈਸ਼ਰ ਕਿੰਨਾ ਗਾ, ਅਤੇ ਉਹੀ ਜੀ ਗੱਲਬਾਤ ਹੁੰਦੀ ਆ। ਅਤੇ ਮਤਲਬ ਮੁਕਦੀ ਗੱਲ ਇਹ ਆ ਕਿ ਬਸ ਥੋੜ੍ਹਾ ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਬੰਦਾ ਸਿਹਤ ਪੱਖੋਂ ਥੋੜ੍ਹਾ ਜਿਹਾ ਤੰਦਰੁਸਤ ਹੈਗਾ। ਅਤੇ ਬਾਕੀ ਚੱਲਦੇ ਹਾਂ ਫਿਰ, ਦੇਖਦੇ ਹਾਂ ਬਠਿੰਡੇ ਦੇ ਰੰਗ, ਗਰਮੀ ਦੇ ਢੰਗ, ਅਤੇ ਬੱਸ 'ਤੇ ਜਾਣਾ ਆਪਾਂ ਨੂੰ ਠੀਕ ਲੱਗਦਾ। ਵੈਸੇ ਵੀ ਮੋਟਰਸਾਈਕਲ 'ਤੇ ਜਾਣਾ ਆਉਣਾ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿੰਨਾ ਗਾ ਦੁੱਬਰ ਹੈਗਾ, ਅਤੇ ਅੱਗ ਵਰਦੀ ਆ, ਇੰਨੇ ਜਦੋਂ ਮੋਟਰਸਾਈਕਲ 'ਤੇ ਤੜਕੀ ਬਸ ਬੈਠਣਾ ਕੰਮ ਭੈੜਾ ਹੋ ਜਾਂਦਾ ਗਾ। ਅਤੇ ਦੋਨੇ ਪਾਸੇ ਇੱਥੇ ਆਪਣੇ ਛੱਪੜ ਨੇਗੇ ਸੜਕ ਦੇ, ਦੁਪਹਿਰੇ ਹੀ ਇਹ ਤਾਂ ਮੱਝਾਂ ਕੋਈ ਨਹੀਂ ਲੈ ਕੇ ਆਉਂਦਾ, ਨਾਲੇ ਆਪ ਗਰਮੇ ਮਰਦੇ ਅਤੇ ਨਾਲੇ ਮੱਝਾਂ, ਅਤੇ ਇਸ ਵੇਲੇ ਸੁੱਖ ਨਾਲ ਸੋਹਣੀ ਰੌਣਕ ਲੱਗੀ ਹੁੰਦੀ ਹੈ, ਅਤੇ ਥੋੜ੍ਹੇ ਦਿਨ ਪਹਿਲਾਂ ਹੀ ਪਾਣੀ ਪਾਇਆ ਗਾ ਛੱਪੜ 'ਚ ਨਵਾਂ। ਇੱਧਰੋਂ ਵੀ ਆ ਗਈ ਬੱਸ ਬਠਿੰਡੇ ਤੋਂ ਸਿੱਧੀ,
ਸਰਦੂਲਗੜ੍ਹ ਨੂੰ ਅਤੇ ਪਾਪਾ ਰੁਕ ਕੇ ਗਏ ਥੋੜ੍ਹੀ ਜਿਹੀ ਗੱਲਾਂ ਬਾਤਾਂ ਕਰਕੇ ਅਤੇ ਆਪਣੀ ਵਾਲੀ ਬੱਸ ਇੱਧਰ ਆ ਗਈ। ਬੱਸ ਆਪਾਂ ਜਿਹੜੀ ਚੜ੍ਹਨਾ ਗਾ ਸਰਦੂਲਗੜ੍ਹ ਤੋਂ ਬਠਿੰਡਾ। ਅਤੇ ਬੱਸਾਂ ਦੇ ਵੈਸੇ ਟਾਈਮ ਕਾਫੀ ਨੇਗੇ, 15-20 ਮਿੰਟਾਂ ਬਾਅਦ ਆਈ ਜਾਂਦੇ, ਕਈ ਵਾਰੀ ਕੋਈ ਅੱਧੇ ਘੰਟੇ ਦਾ ਗੈਪ ਵੀ ਹੋ ਜਾਂਦਾ ਗਾ। ਬਠਿੰਡਾ ਜੀ, ਬਠਿੰਡਾ, ਹਾਂਜੀ ਚਲੋ ਜੀ, ਠੀਕ ਹੈ। ਲਕੋਲਾ ਮੂੰਹ ਚੋਪਰਾ ਲੰਘ ਜਾਣ ਦਿਓ ਬਾਈ। ਅਤੇ ਚੋਪਰ ਦਾ ਨਾਂ ਲਵਜਿੰਦਰ, ਦਵੜੀ ਖਾਨੇ ਵਾਲਾ ਫਰੀਦਕੋਟ। ਕੀ ਹਾਲ ਆ ਮਿੱਤਰਾ? ਅਤੇ ਇਸ ਨੌਜਵਾਨ ਨੇ ਵੀ ਆਪਣੇ ਨਾਲ ਟਰੈਕ 'ਤੇ ਤਿਆਰੀ ਕਰੀ ਸੀ ਪਰ ਇਹ ਮੁੱਕਰ ਗਿਆ। ਦਗੇਬਾਜ਼ ਕਹਿ ਸਕਦੇ ਇਹਨੂੰ ਆਪਾਂ, ਬੇਵਫਾ ਕਹਿ ਸਕਦੇ ਹਾਂ, ਹੋਰ ਕੀ ਕੇਸ ਕਹਿ ਸਕਦੇ ਹਾਂ। ਅਸਲ 'ਚ ਬਾਈ ਇਹਦੀ ਮਜਬੂਰੀ ਹੋ ਗਈ, ਇਹਨੂੰ ਕੋਈ ਕੰਮ ਕਾਰ ਹੋ ਗਿਆ ਤਾਂ ਕਰਕੇ ਚੋਪਰ ਨਹੀਂ ਜਾ ਰਿਹਾ। ਅਤੇ ਆਪਾਂ ਇਹਦੇ ਹੋਸਪਿਟਲ ਚੱਲਦੇ ਹਾਂ, ਉੱਥੋਂ ਬਣਾਉਣੇ ਆ ਆਪਾਂ ਹੈਲਥ ਸਰਟੀਫਿਕੇਟ ਬਣਵਾ ਦੇਂਗੇ ਨਾ ਬਾਈ। ਠੀਕ ਆ, ਹੋਰ ਠੀਕ ਠਾਕ ਆ? ਕਿਉਂ ਕੁੱਟਿਆ ਕਿਸੇ ਨੇ? ਠੀਕ ਹੈ ਚਲੋ ਵੀ ਸਰ, ਬਾਹਰ ਆ ਕੇ ਤਾਂ ਨਜ਼ਾਰੇ ਹੀ ਹੋ ਰਹਾ ਹੋਵੇ। ਠੀਕ ਹੈ ਚੱਲ, ਠੀਕ ਹੈ ਮਿੱਤਰਾ, ਟਰੈਕ ਤੇਰੇ ਕਰਮਾਂ 'ਚ ਨਹੀਂ ਸੀਗਾ ਇਹ, ਅਤੇ ਮਿੱਤਰ ਨੇ ਆਪਣਾ ਆਹ ਬਣਵਾ ਤਾ, ਕੀ ਸੀਗਾ ਆਪਣਾ ਇਹ ਸਰਟੀਫਿਕੇਟ ਜਿਹਾ, ਅਤੇ ਬਾਕੀ ਪਾਸ, ਇਹ ਡਾਕਟਰਾਂ ਦੀ ਭਾਸ਼ਾ 'ਚ ਇਹ ਕਹਿੰਦੇ ਬਈ ਪਾਸ ਕਹਿੰਦੇ ਆ ਇਹਨੂੰ, ਪਾਸ ਕਰੋਸ ਕਰਨਾ ਕਿਤੇ ਉੱਚੀ ਥਾਂ 'ਤੇ ਚੜ੍ਹਨਾ, ਫਿਟਨੈਸ ਲੈਵਲ ਵਾਲੀ ਗੱਲਬਾਤ ਜੀ ਹਾਂ ਸੀਗੀ। ਅਤੇ ਬਾਕੀ ਠੀਕ ਹੈ ਮਿੱਤਰਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਅਗਲੇ ਟਰੈਕ 'ਤੇ। ਹੁਣ ਤੂੰ ਚੀਜ਼ ਦਾ ਚਾਹੀਏ ਨਜ਼ਰ ਰਹਿਣਾ, ਠੀਕ ਹੈ ਚੰਗਾ। ਬਠਿੰਡੇ ਤੋਂ ਵਾਪਸ ਆਉਂਦੇ ਪਹੁੰਚ ਗਏ ਤਲਵੰਡੀ ਸਾਬੋ ਟਰੈਕਟਰ ਮੰਡੀ, ਬਹੁਤ ਮੰਡੀ ਹੁੰਦੀ ਆ ਵੱਡੀ ਡਾਵਲ ਇੱਥੇ, ਅਤੇ ਦੋਨੇ ਪਾਸੇ ਫੈਲੀ ਹੁੰਦੀ ਆ ਲਗਭਗ ਕਿਲੋਮੀਟਰ ਦੇ ਏਰੀਏ 'ਚ।
ਯਾਰ ਮਿੱਤਰਾ ਧੰਨਵਾਦ ਬਾਈ ਵਾਹਿਗੁਰੂ ਸ਼ੁਕਰੀਆ ਬਾਈ ਬੋਲੇ 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 ਹਨੇਰੀ ਬਹੁਤ ਚੱਲੀ ਜਾਂਦਾ ਪਿੰਡ ਆ ਕੇ ਪਤਾ ਲੱਗਿਆ ਇਹ ਗੱਲ ਤੇ ਯਾਰ ਪਹੁੰਚ ਗਿਆ ਨੌਜਵਾਨ ਵਾਪਸ ਪਿੰਡ ਅਤੇ ਆਹ ਸਟਿੱਕ ਜੀ ਉਹਦੇ ਅਸੀਂ ਲਿਆਉਣੀ ਭੁੱਲ ਗਏ ਸੀ ਇੱਦਾਂ ਟੀਕਾ ਥਲਾਉਣ ਗਏ ਸੀਗੇ ਜੀਰਕਪੁਰ ਅਤੇ ਹੁਣ ਇਹ ਲਵਜਿੰਦਰ ਤੋਂ ਲੈ ਕੇ ਆਇਆ ਇਹ ਪਹਾੜਾਂ 'ਤੇ ਆਪਾਂ ਨੂੰ ਕੰਮ ਦੇਊਗੇ ਅਤੇ ਉੱਥੇ ਪਹਾੜਾਂ 'ਤੇ ਵਰਤਣ ਵਾਲਾ ਇਹ ਸੰਦ ਹੈ ਬਚ ਕੇ ਉਹ ਬੋਚ ਕੇ ਉਹ ਬੋਚ ਕੇ ਉਹ ਹੌਲੀ ਬੱਲੇ ਜੀ ਬੱਲੇ ਉਹ ਹੌਲੀ 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 ਦੋ ਤਿੰਨ ਕੰਮ ਸੀ ਛੋਟੇ ਛੋਟੇ ਜੀ ਇੱਕ ਤੋਂ ਹੋਰ ਕਰਿਆ ਅਤੇ ਇੱਕ ਮੇਨ ਕੰਮ ਆਪਣਾ ਇਹੀ ਸੀਗਾ ਮੈਡੀਕਲ ਸਰਟੀਫਿਕੇਟ ਵਾਲਾ ਅਤੇ ਫਿਲਹਾਲ ਚਾਹ ਪਾਣੀ ਛਕਦੇ ਹਾਂ ਅਗਲੀ ਗੱਲਬਾਤ ਫਿਰ ਦੱਸਦੇ ਹਾਂ ਅਤੇ ਲੋਕਾਂ ਨੇ ਪੂਰਾ ਐਨ ਮਾਹੌਲ ਸੇਕਿਆ ਪਿਆ ਅਤੇ ਪਾਪਾ ਪਾਣੀ ਛਿੜਕੀ ਜਾਂਦੇ ਆ ਅਤੇ ਮਤਲਬ ਟੂਟੀ ਚੱਲੀ ਜਾਂਦੀ ਜੇ ਪਾਣੀ ਭਰ ਗਿਆ ਹੋਰ ਅਮਰੀਕ ਇਹ ਅਮਰੀਕ ਆਪਣਾ ਵੀ ਮਾਸੀ ਦਾ ਮੁੰਡਾ ਹੈਗਾ ਅਤੇ ਹੈਪੀ ਦਾ ਭਾਈ ਹਾਂ ਵੀ ਹੈਲੋ ਸਤਿ ਸ਼੍ਰੀ ਅਕਾਲ ਛਕੋ 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 ਬਾਈ ਜਿਮ ਅਦਾ ਬਠਿੰਡੇ ਤੋਂ ਵਾਪਸ ਆ ਕੇ ਮੱਝਾਂ 'ਤੇ ਪਾਣੀ ਢਾਣੀ ਤੇ ਡਿਊਟੀ ਜੀ ਵਿਚਾਰੇ ਜੀ ਦੁਆਰੇ ਲਾ ਕੇ ਅਤੇ ਕੂਲਰ 'ਤੇ ਡਿਊਟੀ ਲਾ ਤੀ ਪਾਣੀ ਕਈ ਦਿਨਾਂ ਦਾ ਖਰਾਬ ਜਿਹਾ ਹੁੰਦਾ ਸੀ ਥੋੜ੍ਹਾ ਜਿਹਾ ਮਨ ਵੀ ਕਹਿੰਦਾ ਅੱਜ ਪਾਣੀ ਕੱਢ ਲੈਂਦੇ ਹਾਂ ਕੂਲਰ ਦਾ ਅਤੇ ਨਵਾਂ ਪਾਣੀ ਪਾਵਾਂਗੇ ਸਾਰਾ ਹੀ ਤਾਜ਼ਾ ਬਦਲ ਕੇ ਉਹ ਖੇਤਰ ਹੁਣ ਨਵੇਂ ਕੂਲਰ ਦੇ ਆਹ ਚੀਜ਼ ਵਧੀਆ ਹੁੰਦੀ ਹੈ ਵੀ ਪੰਪ ਛੱਡੋ ਇੱਥੋਂ ਐਂ ਟੂਟੀ ਜੀ ਖੋਲ੍ਹ ਦਿਓ ਸਾਰਾ ਪਾਣੀ ਬਾਹਰ ਹੈ ਬਸ ਮੁੱਕ ਗਿਆ ਪਾਣੀ ਚਿਚੜੀਆਂ ਲੱਗੀਆਂ ਹੋਰ ਦੁਬਾਰੇ ਕਹੀ ਨਾ ਹੋਰ ਕਹੀ ਦੀ
ਤੇ ਭਾਈ ਸਾਹਿਬ ਸ਼੍ਰੀ ਮਨਪ੍ਰੀਤ ਸਿੰਘ ਜੀ ਉਰੇ ਚਿਚੜੀਆਂ ਵਾਲੀ ਦਵਾਈ ਛਿੜਕਦੇ ਹੋਏ ਬੱਚੀ ਦੇ। ਮੰਮੀ ਜਿਹੜੇ ਪਹਿਲਾਂ ਬਣਾਉਂਦੇ ਹੁੰਦੇ ਸੀ ਮੱਛਰਾਂ ਵਾਲੀ ਉਹ ਦਵਾਈ ਵਧੀਆ ਸੀ ਹੈ ਨਾ, ਬਣਾਉਣੀ ਵਾਲੀ ਔਖੀ ਹੈ ਉਹ। ਤੇ ਸਮਾਂ ਹੋ ਗਿਆ ਆਪਣੀ ਜਿੰਮ ਦੀ ਡਿਊਟੀ ਦਾ ਥੋੜ੍ਹਾ ਜਿਹਾ ਹਲਕਾ ਜਿਹਾ ਲੇਟ ਹੋ ਗਏ ਅਤੇ ਅੱਜ ਹਵਾ ਤੇਜ਼ ਹੋਣ ਕਰਕੇ ਥੋੜ੍ਹਾ ਜਿਹਾ ਕੰਮ ਖਖੜਾਇਆ ਹੋਇਆ ਪਿਆ ਹੈਗਾ, ਤਾਂ ਇਸ ਕਰਕੇ ਧੁੱਪ ਥੋੜ੍ਹੀ ਜਿਹੀ ਘੱਟ ਗਈ ਰੇਤਾ ਆ ਚੜ੍ਹਨ ਕਰਕੇ। ਅਤੇ ਚਲੋ ਚੰਗਾ ਮਾਤਾ ਸ਼੍ਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਚੰਗਾ ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਧੜਕੇ ਬੁਲਾਈ ਦੁਬਾਰੇ ਫਿਰ ਧੰਨਵਾਦ। ਗਾਣਾ ਗੁਣਾ ਸੁਣਾਵਿਆ ਕਰੋ। ਕੋਈ ਗਾਣਾ ਤਾਂ ਕਿਹੜਾ ਜਾਣਦੀਆਂ ਮੈਂ, ਕਿਹੜੇ ਗਾਣੇ ਜਾਣਦੀਆਂ। ਉਹ ਕੀ ਹੁੰਦੀਆਂ ਸੀ ਹੋਰ, ਇੱਕ ਬੋਲੀਆਂ ਵੀ ਦੋਹਾ, ਫਿਰ ਉਹ ਛੱਤੂ ਦੇ ਵਿੱਚ ਉਹ ਗੱਲ ਹੋ ਜਾਂਦੀ ਹੈ। ਚੱਲ ਚੰਗਾ ਮੈਂ ਜਾਣਾ ਗਾ, ਠੀਕ ਆ। ਉਹ ਥੱਲੇ ਚਿੱਕੜ ਵਾਲਾ ਕਰਦੀ ਹੈ ਗਾਣਾ ਤਾਂ ਹੋ ਜਾਂਦਾ ਗਾ। ਅਤੇ ਖੈਰ ਠੀਕ ਆ ਬਈ, ਮਾਹੌਲ ਗਰਮੀ ਬਹੁਤ ਹੈਗੀ, ਥਾਂ ਥਾਂ ਛਬੀਲਾਂ ਲੱਗੀਆਂ ਹੋਈਆਂ ਸੀ ਅੱਜ, ਤਿੰਨ ਚਾਰ ਥਾਂ ਬੱਸ 'ਚ ਆਪਣੀ ਪਿਆ ਹੈ ਉਹ ਠੰਡਾ ਪਾਣੀ, ਅਤੇ ਆਹ ਜਿਹੜਾ ਆਪਣਾ ਮਿੱਠਾ ਪਾਣੀ ਆ ਪਿਉਂਦੇ ਹੁੰਦੇ ਇਹ ਵਾਲਾ, ਅਤੇ ਦੂਜਾ ਆਹ ਜਿਹੜੀ ਲਾਸਟ ਛਬੀਲ ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਆਪਣੇ ਪਿੰਡ ਹੀ ਸੀ, ਪਿੰਡੋਂ ਬਾਹਰ ਬਾਹਰ ਢਾਣੀ 'ਚ ਨਹਿਰ ਤੋਂ ਪਾਰ ਢਾਣੀ ਜਿਹੜੀ ਉੱਥੋਂ ਉੱਥੇ ਲੱਗੀ ਹੋਈ ਸੀ ਛਬੀਲ। ਅਤੇ ਬਾਕੀ ਹੁਣ ਚੱਲਦੇ ਹਾਂ ਜਿੰਮ ਦੀ ਰੋਟੀ। ਅੱਜ ਦਾ ਬਲੌਗ ਵੀ ਘੱਟ ਬਣਿਆ, ਦੋ ਤਿੰਨ ਕੁ ਦਿਨ ਬਲੌਗ ਹੋ ਸਕਦਾ ਥੋੜ੍ਹੇ ਘੱਟ ਆਉਣ ਜਾਂ ਮਤਲਬ ਛੋਟੇ ਆਉਣ, ਅਤੇ ਕਿਉਂਕਿ ਤਿਆਰੀ ਚੱਲ ਰਹੀ ਹੈਗੀ ਟਰੈਕ ਦੀ, ਪਹਾੜਾਂ 'ਤੇ ਜਾਣ ਦੀ, ਠੰਡੇ ਥਾਵਾਂ 'ਤੇ। ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਸਾਂਭ ਕੇ ਰੱਖਿਆ ਹੋਇਆ, ਉਸ ਨੂੰ ਬਸ 1-2 ਤਰੀਕ ਨੂੰ ਮਿਲ ਜੂਗਾ। ਤਾਂ ਧੰਨਵਾਦ, ਸਮਾਪਤੀ ਆਪਣੀ ਇੱਥੇ ਹੀ ਅੱਜ ਦੇ ਬਲੌਗ ਦੀ। ਜੁੜੇ ਰਹੋ ਚੈਨਲ ਦੇ ਨਾਲ, ਮਿਲਦੇ ਕੱਲ੍ਹ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।